ਸੁਦਾ ਸਾਹਿਬ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਭਾਈ ਸਾਹਿਬ ਬਾਬੀ ਥੈਂਕ ਯੂ ਸੋ ਮੱਚ ਐਂਡ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆਈ ਹੋਪ ਆਲ ਇਜ਼ ਗੁੱਡ ਔਨ ਯੋਰ ਸਾਈਡ। ਥੈਂਕ ਯੂ ਸੋ ਮੱਚ, ਐਵਰੀਥਿੰਗ ਇਜ਼ ਓਕੇ। ਐਂਡ ਪਾਰਲੀਮੈਂਟ ਪਿਛਲੇ ਹਫ਼ਤੇ ਖੂਬ ਕੁਛ ਰੌਲਾ ਰੱਪਾ ਪਾਰਲੀਮੈਂਟ ਚੱਲੀ, ਅਤੇ ਪਿਛਲੇ ਹਫ਼ਤੇ ਤੁਸੀਂ ਓਟਵਾ ਸੀ, ਉਸੀ ਕੁਛ ਅਪਡੇਟ ਕਰੋ। ਹਾਂਜੀ ਭਾਈ ਸਾਹਿਬ, ਮੈਂ ਇੱਕ ਦੋ ਜਿਹੜੇ ਮੇਰੇ ਕੁਐਸਚਨ, ਇੱਕ ਤਾਂ ਪ੍ਰਾਈਮ ਮਿਨਿਸਟਰ ਹੋਣਾ ਨੂੰ ਪੁੱਛਿਆ ਸੀ, ਆਈ ਬਲੀਵ ਔਨ ਵੈਨਸਡੇ, ਹੀ ਹੈਡ ਨੋ ਆਨਸਰ। ਮੇਰਾ ਮੇਨ ਕੁਐਸਚਨ ਸੀ ਜਿਹੜਾ ਦੀ ਸ਼ੂਟਿੰਗਸ, ਦੀ ਡਰੱਗਸ, ਆਰਗੇਨਾਈਜ਼ਡ ਕ੍ਰਾਈਮ ਵਧੀ ਜਾ ਰਿਹਾ ਤੁਹਾਡੇ ਬਰੈਂਪਟਨ ਦੇ ਵਿੱਚ ਵੀ, ਪੀਲ ਦੇ ਵਿੱਚ ਵੀ, ਸਾਡੇ ਯੋਰਕ ਰੀਜਨ ਦੇ ਵਿੱਚ ਵੀ, ਟੋਰਾਂਟੋ ਵੀ, ਸਾਰੇ ਹੀ ਹੈਗੀਆਂ ਸ਼ੂਟਿੰਗਸ, ਮਰਡਰਸ। ਦੀ ਨਵੀਂ ਚੀਜ਼ ਸੀਗੀ ਵੀ ਜਿਹੜੇ ਇਲੀਗਲ ਕਸੀਨੋ ਇੱਥੇ ਜੀ ਟੀ ਏ ਦੇ ਵਿੱਚ ਚੱਲ ਰਹੇ ਆ ਜੀ, ਦੱਸ ਰਹੀ ਆ, ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਖਬਰ ਆ ਜੀ। ਪਤਾ ਕਿੱਥੇ? ਮੇਰੇ ਘਰ ਤੋਂ 5 ਮਿੰਟ ਦੇ ਦੂਰ ਤੋਂ ਨਹੀਂ ਫੜਿਆ ਕਿ ਇਲੀਗਲ ਕਸੀਨੋ ਜੀ। $9 million ਉਸ ਘਰ ਦੀ ਵੈਲਿਊ ਹੈਗੀ ਆ, 1 million ਕੈਸ਼ ਫੜਿਆ ਜੋ ਅਕੋਰਡਿੰਗ ਟੂ ਦ ਰਿਪੋਰਟ। ਦੱਸ। 9 guns, ਨੰਬਰ ਆਫ ਦ ਗੈਮਲਿੰਗ ਮਸ਼ੀਨ, ਆਈ ਗੈਸ ਯੂ ਕੈਨ ਕਾਲ ਇਟ ਡਰੱਗ ਜਾਂ ਇਦਾਂ ਦੀਆਂ ਹੋਰ, 1.5 ਮਿਲੀਅਨ ਦੀ ਲਿਕਰ ਆਈ ਅੰਡਰਸਟੈਂਡ ਫਰੋਮ ਦ ਫੜੀ ਫੜੀ ਗਈ। ਸਿਮਲਰ ਆਈ ਅੰਡਰਸਟੈਂਡ ਸਕਾਰਪਰ ਚੋਂ ਵੀ ਫੜੀ ਗਈ, ਵਾਹਨ ਦੇ ਵਿੱਚੋਂ ਵੀ ਫੜੀ ਗਈ ਆ। ਲਿਬਰਲ ਸਰਕਾਰ ਕੋਈ ਸ਼ਰਮ ਦੀ ਘਾਟ ਗੱਲਾਂ ਕਰੀ ਜਾਂਦੇ ਵੀ ਹਾਲੇ ਵੀ ਹਾਰਪਰ ਨੂੰ, ਇਹਨਾਂ ਨੂੰ 5 ਸਾਲ ਹੋ ਗਏ ਗੌਰਮੈਂਟ ਦੇ ਵਿੱਚ ਆਇਆ ਨੂੰ, ਹਾਲੇ ਵੀ ਹਾਰਪਰ ਨੂੰ ਬਲੇਮ ਕਰ ਦਿਓ। 5 ਸਾਲ ਹੋ ਗਏ, $1.5 trillion ਦੇ ਡੈਬਟ ਆਪਣੇ ਸਾਡਾ ਕਰਜ਼ਾ ਹੋ ਜਾਣਾ, ਡੈਟ ਹੋ ਜਾਣੇ ਆ ਇਹਨਾਂ ਦੀ ਸਰਕਾਰ ਨਾਲ, ਬਾਈ ਦੀ ਐਂਡ ਆਫ ਦਿਸ ਈਅਰ ਔਰ ਨੈਕਸਟ ਈਅਰ। ਬਲੇਮ ਹਾਲੇ ਤੱਕ ਵੀ ਸਾਨੂੰ ਕਰਦੇ ਹੋ ਜਿਹੜੀ ਆਪਣੇ, ਜਦੋਂ ਵੀ ਤੁਸੀਂ ਜਿਹੜੇ ਇਲੀਗਲ ਕਸੀਨੋ ਕ੍ਰੀਏਟ ਕਰਦੇ ਆ, ਜਿਹੜੀ ਰੋਂਗ ਮਨੀ, ਨੰਬਰ 2 ਮਨੀ ਕਰਾਉਂਦੇ ਆ, ਤਾਂ ਲੋਕ ਉਹਦੇ ਨਾਲ ਵੀ ਬਹੁਤ ਕੁਛ, ਬਹੁਤ ਗੰਦੇ ਕੰਮ ਹੁੰਦੇ, ਬਹੁਤ ਬੈਡ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਕਿ ਆਪਣੇ ਟ੍ਰੈਫਿਕਿੰਗ, ਆਪਣੀਆਂ ਸਭ ਕੁਛ ਇਹ ਹੁੰਦਾ। ਜਿਸ ਵੇਲੇ ਇੰਨੇ ਪੈਸੇ ਬਣੇ ਹੁੰਦੇ, ਉਹਨਾਂ ਨੂੰ ਯੂਜ਼ ਕਰਨੇ ਪੈਂਦੇ ਆਪਣੇ ਗੁੰਡੇ ਰੱਖ ਕੇ, ਮੋਰੇ ਸਕਿਉਰਿਟੀ ਗਾਰਡ ਮੋਰੇ ਰੱਖ ਕੇ, ਸ਼ੂਟਿੰਗਸ ਵਗੈਰਾ, ਉਹਨਾਂ ਵਿੱਚੋਂ ਉਹਨਾਂ ਚੀਜ਼ਾਂ ਦਾ ਬਹੁਤ ਹੱਥ ਹੁੰਦਾ। ਮੇਰਾ ਤਾਂ ਕੁਐਸਚਨ ਉਹਦੇ ਉੱਤੇ ਸੀਗਾ, ਬਾਕੀ ਗੌਰਮੈਂਟ ਦੇ ਸਾਡੀ ਆਪੋਜੀਸ਼ਨ ਪਾਰਟੀ ਵੱਲੋਂ ਆਪਣੇ ਹੈਲਥ ਤੇ ਰਿਹਾ ਬਹੁਤ, ਹੈਲਥ ਦੇ ਵਿੱਚ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ, ਟੈਕਨੋਲੋਜੀ ਆ ਚੁੱਕੀ ਆ ਕਿ ਜਦੋਂ ਤੁਹਾਨੂੰ 10 ਮਿੰਟ ਤੋਂ ਲੈ ਕੇ 2 ਘੰਟੇ ਤੱਕ ਦੱਸ ਦਿੰਦੇ ਆ, ਜਿਹੜੀ ਲੇਟੈਸਟ ਟੈਕਨੋਲੋਜੀ ਬਣ ਚੁੱਕੀ ਦੁਨੀਆ ਦੇ ਵਿੱਚ, ਵੀ ਤੁਹਾਡੇ ਕੋਲ ਕੋਵਿਡ ਹੈਗਾ ਕਿ ਨਹੀਂ ਹੈਗਾ। ਇਹ ਨੀ ਹਾਲੇ ਕੁਛ ਵੀ ਨੀ ਕੀਤਾ ਇਹਨਾਂ ਦੇ। ਹੁਣ ਮੇਰੇ ਇੱਥੇ ਫੈਮਿਲੀ ਮੈਂਬਰ ਗਏ ਸੀ ਹੋਸਪਿਟਲ ਦੇ ਵਿੱਚੋਂ, ਕਹਿੰਦੇ ਸਾਨੂੰ 5 ਦਿਨਾਂ 'ਚ ਦੱਸਾਂਗੇ ਰਿਜ਼ਲਟ ਦਾ। ਇਹ ਅਸੀਂ ਉਹ ਸਾਰੀਆਂ ਚੀਜ਼ਾਂ ਆਪਣੇ ਯੂਰਪ ਦੇ ਵਿੱਚ ਵੀ ਹੈਗੀਆਂ, ਅਮੈਰੀਕਾ ਦੇ ਵਿੱਚ ਵੀ ਹੈਗੀਆਂ, ਸਾਰੇ ਪਾਸੇ ਹੈਗੀਆਂ। ਅਸੀਂ ਸਾਰੇ ਹਾਲੇ ਕੁਛ ਵੀ ਨੀ ਕੀਤਾ, ਅਸੀਂ ਇੰਗਲਿਸ਼ ਕਹਿੰਦੇ ਵੀ ਸਿਟਿੰਗ ਔਨ ਦੇਅਰ ਹੈਂਡ, ਦਿਸ ਗਵਰਨਮੈਂਟ ਇਜ਼ ਸਿਟਿੰਗ ਔਨ ਦੇਅਰ ਹੈਂਡ, ਨਾਟ ਡੂਇੰਗ ਐਨੀਥਿੰਗ। ਟੈਕਨੋਲੋਜੀ ਅਵੇਲੇਬਲ ਆ, ਬਾਕੀ ਇਹਨਾਂ ਤੇ ਜਿਹੜੇ ਇੰਨੇ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਵੀ ਇੰਨੇ ਇਹਨਾਂ ਦੇ ਡੈਟ ਤਾਂ ਡੈਫਿਸਿਟ ਹੋ ਚੁੱਕੇ, $344 billion ਦੇ ਡੈਟ ਐਕਸਪੈਕਟ ਕੀਤੇ ਜਾ ਸਕਦੇ, ਕੀਤੇ ਸੀਗੇ ਇਸ ਸਾਲ। ਮੇਰੇ ਨੰਬਰ ਨਹੀਂ ਹੈਗੇ ਪੀਬੀਓ ਦੇ, ਪਾਰਲੀਮੈਂਟ ਬਜਟ ਸੈਕਟਰੀ ਦੇ, ਜਿਹੜੀ ਨਵੀਂ ਥਰੋਨ ਸਪੀਚ ਹੈ ਉਹਦੇ ਵਿੱਚ $100 billion ਤਕਰੀਬਨ ਹੋਰ ਹੋ ਜਾਣਾ। ਇੰਨੇ ਡੈਟ ਤੇ ਅਸੀਂ ਕਿੱਥੋਂ ਪੇ ਕਰਨੇ ਆ? ਤੇ ਉਦੋਂ ਔਨ ਟਾਪ ਆਫ ਇਟ ਵੀ ਵਾਂਟ ਟੂ ਨੋ ਵੇਅਰ ਦਿਸ ਮਨੀ ਇਜ਼ ਸਪੈਂਟ, ਮਨੀ ਕਿੱਥੇ ਗਈ, ਕਿੱਥੇ ਖਾਤੀ ਜਾ ਰਹੀ ਆ, ਵਾਈ ਇਜ਼ ਸੋ ਸੀਕ੍ਰੇਟ, ਵਾਈ ਟ੍ਰਾਂਸਪੇਰੈਂਸੀ। ਜਦੋਂ ਟਰੂਡੋ ਹੁਣੀ ਇਲੈਕਸ਼ਨ ਜਿੱਤੇ ਸੀ 15 ਦੇ ਵਿੱਚ, ਇਟ ਵਾਜ਼ ਆਲ ਅਬਾਊਟ ਟ੍ਰਾਂਸਪੇਰੈਂਸੀ, 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 ਉਹ ਕਿੱਥੇ ਗਈ? ਔਨ ਟਾਪ ਆਫ ਇਟ ਜਿਹੜੀ ਪਾਰਲੀਮੈਂਟ ਫਰੋ ਕੀਤੀ ਸੀ, ਕਿਸ ਕਰਕੇ ਕੀਤੀ ਸੀ, ਕਾਹਤੇ ਕੀਤੀ ਸੀ, ਵੀ ਚੈਟੀ ਨੂੰ ਲੁਕਾਉਣ ਲਈ ਕੀਤੀ ਸੀ, ਜਾਂ ਜਿਹੜੀਆਂ ਚੀਜ਼ਾਂ ਜਿਹੜੇ ਵਿੱਚੋਂ ਕਿੰਨੇ ਸਕੈਂਡਲ ਨਿਕਲਨੇ ਆ। ਲਿਬਰਲ ਕ੍ਰਿਸ਼ਨ ਦੀ ਸਰਕਾਰ ਬਹੁਤ ਸਾਲ ਲਈ, ਤੁਹਾਨੂੰ ਪਤਾ ਕਿੰਨੇ ਸਾਲ ਲਈ, ਉਹਨਾਂ ਦੇ ਵਿੱਚੋਂ ਜਿਹੜਾ ਐਟ ਦੀ ਐਂਡ ਉਹਨਾਂ ਦੇ ਵਿੱਚੋਂ ਇੱਕੋ ਸਕੈਂਡਲ ਫੜਿਆ ਸੀਗਾ 40 million ਦਾ, ਦੈਟ ਵਾਜ਼ ਅ ਬਿਗ ਡੀਲ। 40 million ਦਾ ਸਕਾਲ ਰਿਸਪੋਂਸਿਬਲ ਫਾਰ ਸਕੈਂਡਲ, ਕੁਛ ਲੋਕ ਜੇਲ੍ਹ 'ਚ ਵੀ ਗਏ ਐਜ਼ ਫਾਰ ਐਜ਼ ਮੇਰੀ ਮੈਮਰੀ ਹੈਗੀ ਆ। ਇਹਨਾਂ ਦੇ ਵਿੱਚੋਂ ਕਿੰਨੇ ਹੱਥ ਆਉਣੇ ਆ, ਜਿਹਦੇ ਵਿੱਚ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ ਕੀ ਦਿੱਤਾ, ਕਿਹਨੂੰ ਦਿੱਤਾ। ਸਾਡੇ ਐਮ ਪੀ ਨੇ ਵੀ ਕੰਸਰਨ ਕੀਤਾ ਇਹਨਾਂ ਦੇ, ਫਰੈਂਕ ਬੇਲਸ ਹੁੰਦਾ ਸੀ ਮੈਂਬਰ ਆਫ ਪਾਰਲੀਮੈਂਟ, ਉਹਦੀ ਕੰਪਨੀ ਨੂੰ ਵੀ ਐਜ਼ ਫਾਰ ਵਟ ਆਈ ਕੈਨ ਹੀਅਰ ਇਟ, ਵਟ ਆਈ ਕੈਨ ਸੀ ਦ ਨਿਊਜ਼, ਉਹਦੇ ਵਿੱਚ ਕੀ ਹੈਗਾ, ਉਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਦੱਸ ਰਿਹਾ, ਕਿਉਂ ਨਹੀਂ ਕਰ ਰਿਹਾ, ਕਿਉਂ ਬੈਠੇ ਆ? ਇਹ ਲੋਕਾਂ ਦੇ ਪੈਸੇ ਆ, ਨਾ ਕਿ ਟਰੂਡੋ ਗੌਰਮੈਂਟ ਦੇ ਪੈਸੇ ਆ, ਨਾ ਕਿ
ਤੁਹਾਡੇ ਕਿਸੇ ਅਰਜ਼ੀਆਂ ਦੇ ਪੈਸੇ ਆ ਇਹ ਜਿਹੜੀ ਮਨੀ ਸਾਰੀ ਬਿਲੋਂਗ ਟੂ ਦਾ ਬਿਲੋਂਗ ਟੂ ਦਾ ਪਬਲਿਕ ਵਾਈ ਆਰ ਦੇ ਹਾਈਡਿੰਗ ਆਲ ਦੀਸ ਥਿੰਗਸ ਪਰ ਜਦੋਂ ਸੁਰਾ ਸਾਹਿਬ ਥਰੋਨ ਸਪੀਚ ਹੁੰਦੀ ਹੈ ਉਸ ਤੋਂ ਬਾਅਦ ਉਸ ਦੇ ਉੱਤੇ ਐਕਸ਼ਨ ਲੈਣਾ ਤੁਹਾਡੀ ਪਾਰਟੀ ਦਾ ਬਣਦਾ ਸੀ ਵੀ ਚੈਰਿਟੀ ਦੀ ਗੱਲ ਥਰੋਨ ਸਪੀਚ ਵਿੱਚ ਨਹੀਂ ਕੀਤੀ ਗਈ ਉਸ ਨੂੰ ਉਨਾ ਵਾਰਿਆ ਨਹੀਂ ਗਿਆ ਕੀ ਕਾਰਨ ਹੈ ਉਸਦਾ ਦੋ ਤਿੰਨ ਹਫ਼ਤੇ ਹੋਣੇ ਫਿਰ ਕ੍ਰਿਸਮਸ ਬ੍ਰੇਕ ਆ ਜਾਣੀ ਹੈ ਰਾਈਟ ਇਟਸ ਆਲ ਅਬਾਊਟ ਹਾਈਡਿੰਗ 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 ਜਿਹੜੀ ਵੀ ਗਵਰਨਮੈਂਟ ਹੁੰਦੀ ਉਹਦੇ ਕੋਲ ਦੇ ਆਰ ਦਾ ਗਵਰਨਮੈਂਟ ਦੇ ਆਰ ਔਨ ਦਾ ਸੀਟ ਦੇ ਆਰ ਔਨ ਦਾ ਡਰਾਈਵਿੰਗ ਸੀਟ ਦੇ ਟੈਲ ਯੂ ਵਟ ਕੈਨ ਬੀ ਡਨ ਬਟ ਵੈਨ ਵੀ ਸ਼ੁੱਡ ਡੂ ਸਮਥਿੰਗ ਰਾਈਟ ਚਾਰ ਜਾਂ ਪੰਜ ਕਮੇਟੀਆਂ ਚੱਲਣ ਵਾਲੀਆਂ ਨੈਕਸਟ ਦੇਖ ਲਓ ਵੀਕਾਂ ਦੇ ਵਿੱਚ ਬਾਕੀ ਜਿਹੜੀ ਉਹਦੇ ਵਿੱਚ ਦੋ ਮਹੀਨੇ ਢਾਈ ਮਹੀਨੇ ਦੀ ਬ੍ਰੇਕ ਪੈ ਗਈ ਉਹਨਾਂ ਸਭ ਕੁਛ ਠੰਡਾ ਪਿਆ ਆ ਪਰ ਮੇਨ ਟਾਈਮ ਗਵਰਨਮੈਂਟ ਇਜ਼ ਕੀ ਕਹਿੰਦੇ ਡਰੈਗਿੰਗ ਦੇਅਰ ਫੀਟ ਜਿੰਨੇ ਹੋ ਸਕਦਾ ਜਿੰਨਾ ਵੀ ਹੋ ਸਕਦਾ ਉਹਨਾਂ ਡਰੈਗ ਕਰ ਰਹੇ ਵੀ ਉਹਨਾਂ ਦੇ ਵਿੱਚੋਂ ਗੱਲ ਬਾਹਰ ਨਾ ਨਿਕਲੇ ਪਰ ਅਸੀਂ ਟਰਸਟ ਮੀ ਬਲੀਵ ਮੀ ਵੀ ਆਰ ਟ੍ਰਾਇੰਗ ਐਕਸਟ੍ਰੀਮਲੀ ਹਾਰਡ ਟੂ ਮੇਕ ਸ਼ੋਰ ਉਹ ਸਾਰੀਆਂ ਗੱਲਾਂ ਮੁੜ ਕੇ ਫੇਰ ਆਉਣ ਰਾਈਟ ਸੋ the government at the end of the day is on top of this one so till they tell us to go we can't go alone since this is a minority situation but they do the final they arrange the final where the committees are sitting and who's going to be on the committee stuff like this so sir thank you so much ਤੁਹਾਡਾ ਬਹੁਤ ਧੰਨਵਾਦ ਅਗਲੇ ਸੰਡੇ ਨੂੰ ਆਪਾਂ ਫਿਰ ਗੱਲਬਾਤ ਕਰਾਂਗੇ ਤੇ ਤੁਹਾਡਾ ਸਮਾਂ ਕੱਢਣ ਦਾ ਸਾਡੇ ਵਾਸਤੇ ਥੈਂਕ ਯੂ ਸੋ ਮਚ ਕਮਿਟੀ ਵਾਸਤੇ ਤੁਸੀਂ ਹਰ ਵੇਲੇ ਸਮਾਂ ਕੱਢੋ ਤੁਹਾਡਾ ਬਹੁਤ ਧੰਨਵਾਦ Please give us a call. Thank you.